ਸੰਘਰਸ਼ ਤਾਂ 4 ਦਿਨ ਦਾ ਚੱਲ ਰਿਹਾ ਹੈ। 4 ਦਿਨ ਦੇ ਵਿੱਚ ਹਾਲੇ ਤੱਕ ਕੋਈ ਸਿੱਟੇ 'ਤੇ ਅਸੀਂ ਪਹੁੰਚੇ ਨਹੀਂ ਗਏ। ਕੱਲ੍ਹ ਵੀ ਅਸੀਂ ਸਾਰਾ ਦਿਨ ਬਾਜ਼ਾਰ ਵੀ ਬੰਦ ਰਿਹਾ, ਪਹਿਲਾਂ ਚੌਂਕ 'ਚੋਂ ਅਸੀਂ ਇਕੱਠ ਕੀਤਾ, ਸ਼ਹਿਰ ਸਾਡੇ ਨਾਲ 12 ਵਜੇ ਤੱਕ ਸਾਡੇ ਨਾਲ ਮਤਲਬ ਕਿ ਇਲਾਕੇ ਉਹਨਾਂ ਨੇ ਪਟਿਆਲਾ ਗੇਟ ਤੱਕ ਸਾਡੇ ਨਾਲ ਗਏ। ਉੱਥੇ ਜਾ ਕੇ ਅਸੀਂ ਪ੍ਰੋਗਰਾਮ ਬਣਾਇਆ ਵੀ ਇਹਦੇ 'ਤੇ ਪਰਚਾ ਕਰਾਉਣ ਲਈ ਥਾਣੇ ਜਾਈਏ, ਕਤਵਾਲੀ ਜਾਈਏ, ਪਰ ਉੱਥੇ ਕੁਛ ਬੰਦੇ ਵਿੱਚੋਂ ਜਿਹੜੇ ਸਮਝੌਤੇ ਦੇ ਪਿੱਛੇ ਲੱਗ ਗਏ, ਉਹਨਾਂ ਨੇ ਪਿੱਛੋਂ ਰੌਲਾ ਪਾਤਾ ਵੀ ਸਮਝੌਤਾ ਹੋ ਗਿਆ, ਸਮਝੌਤਾ ਹੋ ਗਿਆ। ਇੱਕ ਅੱਧੀ ਫੋਟੋ ਖਿੱਚ ਕੇ ਪੂਰੀ ਹੱਥ ਜੋੜ ਦੇ ਪਾਤੀ, ਜਦਕਿ ਸਮਝੌਤਾ ਕੋਈ ਨਹੀਂ ਹੋਇਆ। ਅਸੀਂ ਥਾਣੇਦਾਰ ਸਾਹਿਬ ਕੋਲ ਬੈਠੇ ਰਹੇ, ਥਾਣੇਦਾਰ ਸਾਹਿਬ ਨੇ ਸਾਡਾ ਕੋਈ ਇੰਟਰਸਟ ਨਹੀਂ ਦਿਖਾਇਆ ਸਾਨੂੰ, ਉੱਠ ਕੇ ਕਦੇ ਬਾਹਰ ਵਗ ਜਾਣੇ ਜਾਂ ਉਹਨਾਂ 'ਤੇ ਕੋਈ ਪ੍ਰੈਸ਼ਰ ਦੀ ਕੀਤੀ। ਚਲੋ ਸਰਕਾਰਾਂ ਨੇ ਹੁੰਦੀਆਂ ਰਹਿੰਦੀਆਂ ਨੇ, ਸਾਡੀਆਂ 2 ਮੰਗਾਂ ਨੇ ਵੀ ਇੱਕ ਤਾਂ ਪੱਪੂ ਪ੍ਰਧਾਨ ਹੈ ਜਿਹੜਾ ਆਪਣਿਆਂ ਨੂੰ ਪ੍ਰਧਾਨ ਕਹਿੰਦਾ, ਜਦਕਿ ਪ੍ਰਧਾਨ ਸੁਜਾਤਾ ਚਾਵਲਾ ਸਾਰੇ ਸ਼ਹਿਰ ਨੂੰ ਪਤਾ, ਉਹ ਨਾ ਤਾਂ ਸ਼ਹਿਰ 'ਚ ਕਿਸੇ ਨੂੰ ਇੱਟ ਲਾਉਣ ਦਿੰਦਾ, ਨਾ ਕਿਸੇ ਦੀ ਜਿੱਥੇ ਵੀ ਜਾਂਦਾ ਆਪਣੀ ਚੌਧਰ ਮਾਰਦਾ, ਗੁੰਡਾਗਰਦੀ ਕਰਦਾ। ਉਹਦੀ ਗੁੰਡਾਗਰਦੀ ਨੂੰ ਨੱਥ ਪਾਉਣ ਵਾਸਤੇ ਇਸ ਮੈਟਰ 'ਤੇ ਜਿਹੜਾ ਕਿ ਧਾਰਮਿਕ ਮਸਲਾ ਸਾਰੇ ਸ਼ਹਿਰ ਦਾ, ਇਹ ਸ਼ਹਿਰ ਦੇ ਮਸਲੇ ਉੱਤੇ ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ। ਅਤੇ ਮੈਂ ਤਾਂ ਕਹਿੰਦਾ ਉਹਦੀ ਵਾਈਫ ਜਿਹੜੀ ਕੰਮ ਨਹੀਂ ਕਰਦੀ, ਉਹਨੂੰ ਵੀ ਸੁਜਾਤਾ ਚਾਵਲਾ ਜੇ ਪ੍ਰਧਾਨ ਹੈ ਤਾਂ ਉਹਨੂੰ ਲਾ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਮਾੜੀ ਮੋਟੀ ਠੰਡ ਪਵੇ। ਅੱਜ ਤੱਕ ਇਹੋ ਜਿਹਾ ਗੁੰਡਾ ਰਾਜ ਸਾਨੂੰ ਮਤਲਬ 40 ਸਾਲ ਹੋ ਗਏ ਰਾਜਨੀਤੀ ਦੇਖਦੇ ਨੂੰ, ਅਸੀਂ ਨਹੀਂ ਦੇਖਿਆ ਵੀ ਕਦੇ ਕੋਈ ਘਰ ਨਾ ਪਾ ਸਕੇ, ਕਦੇ ਕੋਈ ਦੁਕਾਨ ਨਾ ਪਾ ਸਕੇ। ਹੁਣ ਮਨ ਮਰਜ਼ੀ ਨਾਲ ਵੀ ਸੁਜਾਤਾ ਚਾਵਲਾ ਦੀ ਜਾਂ ਕਿਸੇ ਦੀ ਫੋਟੋ ਨਹੀਂ ਲੱਗੀ, ਇਹ ਬੋਰਡ ਕਿਉਂ ਲਾਏ ਗਏ? ਇੱਕੋ ਕਾਰਨ ਹੋ ਸਕਦਾ ਵੀ ਉਹਨਾਂ ਦੀ ਫੋਟੋ ਨਹੀਂ ਲੱਗੀ ਵੀ ਦੀ। ਇਸ ਕਰਕੇ ਇਹ ਤੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਐਕਸ਼ਨ ਲੈਣਾ ਚਾਹੀਦਾ, ਨਹੀਂ ਇਹ ਪੰਜਾਬ ਲੈਵਲ ਤੇ ਕਿਤੇ ਵੀ ਜਾ ਸਕਦੇ ਮਸਲਾ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ 4 ਦਿਨ ਹੋ ਗਏ ਘਟਨਾ ਵਾਪਰੀ ਨੂੰ। ਘਟਨਾ ਵੀ ਉਹ ਹੈ ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਮੀਆਂ ਸਮੇਂ ਲੋਕ ਸੜਕਾਂ ਤੇ ਆਏ, ਇਸੇ ਤਰ੍ਹਾਂ ਮਹਾਰਾਜਾ ਨਾਭਾ ਜਿਹੜਾ ਧਰਮੀ ਰਾਜਾ ਹੋਇਆ ਉਹਦੇ ਸ਼ਹਿਰ ਦੇ ਵਿੱਚ ਪਵਿੱਤਰ ਦਿਹਾੜੇ ਤੇ ਜਿਹੜੇ ਦਿਹਾੜੇ ਨੂੰ ਸਾਰੇ ਲੋਕ ਚਾਅ ਨਾਲ ਮਨਾਉਂਦੇ ਨੇ, ਸਵਾਰੀ ਕੱਢੀ ਜਾਂਦੀ ਹੈ, ਉਦੋਂ ਬਹੁਤ ਦੁੱਖਦਾਈ ਘਟਨਾ ਵਾਪਰੀ ਕਿ ਗੁਰੂਆਂ ਪੀਰਾਂ ਭਗਤਾਂ ਦੀਆਂ ਜੋ ਫੋਟੋਆਂ ਗੰਦੀ ਪਹਿਲਾਂ ਟਰਾਲੀਆਂ 'ਚ ਸਿੱਟੀਆਂ, ਉਹ ਤੋਂ ਬਾਅਦ ਗੰਦੇ ਜਿੱਥੇ ਇਹਨਾਂ ਦਾ ਢੇਰ ਹੈ ਉੱਥੋਂ ਤੁਹਾਡੇ ਮੀਡੀਆ ਨੇ ਸਾਰਾ ਬਣਾ ਕੇ ਦਿਖਾਇਆ ਵੀ ਕਿਵੇਂ ਬੇਅਦਬੀ ਕੀਤੀ ਗਈ ਹੈ। ਪਰ ਇੱਥੋਂ ਦੀ ਜਿਹੜਾ ਕਮੇਟੀ ਦਾ ਆਪੇ ਬਣਿਆ ਪ੍ਰਧਾਨ ਤੇ ਉਹਦੇ ਘਰੋਂ ਜਿਹੜੀ ਬੀਬੀ ਸੁਜਾਤਾ ਹੈ ਉਹਦਾ ਤੇ ਉਹ ਕਿਉਂ ਚੁੱਪ ਨੇ? ਇਹ ਆਪੇ ਬਣਿਆ ਪ੍ਰਧਾਨ ਕਦੇ ਮਾਫੀਆਂ ਮੰਗਦਾ, ਕਦੇ ਕੁਛ ਕਰਦਾ, ਪ੍ਰਵਾਨ ਵੀ ਕਰਦਾ ਵੀ ਸਾਡੇ ਤੋਂ ਗਲਤੀ ਹੋਈ ਹੈ। ਇੱਥੋਂ ਦਾ ਈਓ ਉਹਦੀ ਕੋਈ ਸਟੇਟਮੈਂਟ ਨਹੀਂ। ਇਹਨਾਂ ਲੋਕਾਂ ਨੇ ਜੋ ਕਾਰਨਾਮਾ ਕੀਤਾ ਇਹਦੇ ਨਾਲ ਤੇ ਧਰਮ ਦਾ ਤੇ ਧੱਕੇਸ਼ਾਹੀ ਕਰਨ ਦਾ ਪਰਚਾ ਦਰਜ ਕਰਕੇ ਕਤਵਾਲੀ ਵਾਲਿਆਂ ਨੂੰ ਅੰਦਰ ਕਰਨੇ ਚਾਹੀਦੇ ਨੇ। ਜੇ ਉਹ ਨਹੀਂ ਕਰਦੇ ਅਕਾਲੀ ਦਾ ਸੁਤੰਤਰ ਭਾਈਚਾਰੇ ਦੇ ਸਹਿਯੋਗ ਦੇ ਨਾਲ ਲੜਾਈ ਜਾਰੀ ਰੱਖੂ। ਸਾਡਾ ਸੰਘਰਸ਼ ਅਸੀਂ ਇੱਥੇ ਇਹਨਾਂ ਨਾਲ ਵਿਚਾਰ ਕਰਾਂਗੇ, ਜੇ ਕਹਿਣਗੇ 2-4 ਦਿਨ ਦਾ ਵੱਖ ਵੱਖ ਪਾਉਣਾ ਪਾਵਾਂਗੇ, ਨਹੀਂ ਰੋਜ਼ ਇੱਥੇ ਮੇਰੇ 11 ਬੰਦੇ ਆ ਕੇ ਬੈਠਿਆ ਕਰਨਗੇ, ਇਸੇ ਗੇਟ ਦੇ ਅੱਗੇ ਧੁੱਪ ਸੇਕਿਆ ਕਰਾਂਗੇ। ਆਪੀ ਜਿਹੜੇ ਭਗਤ ਦੀ ਗੁਰੂ ਦੀ ਬੇਅਦਬੀ ਹੋਈ ਹੈ ਉਹ ਸਾਨੂੰ ਤਾਕਤ ਦਊਗਾ, ਇਹਨਾਂ ਨੂੰ ਅਸੀਂ ਮੂਧੇ ਮੂੰਹ ਸਿੱਟ ਕੇ ਜੇਲ੍ਹ 'ਚ ਤੁੰਡਾਂਗੇ। ਜੇ ਹਿੰਦੂ ਸਿੱਖ ਭਾਈਚਾਰੇ ਨੇ ਇਕੱਤਰ ਹੋ ਕੇ ਜੀ SDM ਦਫ਼ਤਰ ਦੇ ਬਾਹਰ ਜਿਹੜਾ ਧਰਨਾ ਉਹ ਲਗਾਇਆ, ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਜਿਹੜੇ ਸਾਰੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕ, ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਲੋਕ ਸਾਰੇ ਪਹੁੰਚੇ, ਕਿਉਂਕਿ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਹੈ, ਇਹ ਇੱਕ ਧਾਰਮਿਕ ਤੇ ਸਮਾਜਿਕ ਲੜਾਈ ਹੈ ਤੇ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਰੋਸ ਹੈ। ਤੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਹੈ, ਸੋ ਕਾਰਵਾਈ ਜਿਹੜੀ ਲਿਖਤੀ ਪੜਤੀ ਹੈ ਉਹ ਸੁਜਾਤਾ ਚਾਵਲਾ ਤੇ ਹੋਣੀ ਚਾਹੀਦੀ ਹੈ, ਤੇ ਨਗਰ ਕੌਂਸਲ ਨਾਭਾ ਦੇ ਜਿਹੜੇ ਈਓ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਤੇ ਪੰਕਜ ਪੱਪੂ ਕਿਸ ਅਧਿਕਾਰ ਦੇ ਨਾਲ ਜਿਹੜੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਰਿਹਾ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।